इस वेले दी वड्डी खबर सामने आ रही है। वैष्णो माता मंदिर दे विच चोर वड़ गया। सीसीटीवी दे विच देखो हरकतां करदा होया दिखाई दे रहा है, कंधा टपदा दिखाई दे रहा है, मंदिर परिसर दे अंदर दाखल हुंदा दिखाई दे रहा है। इस दे वल्लों गोलक चक्की गई है, गोद दे विच गोलक चक के भज रहा भी सीसीटीवी विच कैद होया है चोर। तां तस्वीरां दिखा रहे हां, अद विचाले इह मंदिर दी गोलक छड़ जांदा है, इस नूं सांह चढ़ जांदा है, चोर नूं अद विचाले सांह चढ़ गया, जिस तों बाद ਇਹ ਗੋਲਕ ਜਿਹੜੀ ਇਸਨੇ ਚੋਰੀ ਕੀਤੀ ਸੀ ਮੰਦਿਰ 'ਚੋਂ ਉੱਥੇ ਹੀ ਛੱਡ ਗਿਆ। ਤਾਂ ਵੱਡੀ ਖਬਰ ਹੈ, ਵੈਸ਼ਨੋ ਮਾਤਾ ਮੰਦਿਰ ਦੇ ਵਿੱਚ ਚੋਰ ਵੜਿਆ ਹੈ, ਰਾਤ 3 ਵਜੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਇਆ ਹੈ। ਤਸਵੀਰਾਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਸਥਿਤ ਵੈਸ਼ਨੋ ਧਾਮ ਮੰਦਿਰ ਦੀਆਂ ਨੇ, ਜਿੱਥੇ ਬੀਤੀ ਦੇਰ ਰਾਤ ਇੱਕ ਚੋਰ ਦੇ ਵੱਲੋਂ ਮੰਦਿਰ 'ਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਚੋਰ ਆਪਣੇ ਇਸ ਕਾਰਨਾਮੇ ਇਸ ਨੀਚ ਹਰਕਤ ਦੇ ਵਿੱਚ ਅਸਫਲ ਰਿਹਾ। ਚੋਰ ਵੱਲੋਂ ਕੀਤੀ ਗਈ ਇਸ ਕਰਤੂਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਦੇਰ ਰਾਤ ਕਰੀਬ 3 ਵਜੇ ਮੰਦਿਰ ਦੇ ਵਿੱਚ ਦਾਖਲ ਹੁੰਦਾ ਹੈ, ਫਿਰ ਉਸ ਵੱਲੋਂ ਸਾਰਾ ਮੰਦਿਰ ਘੁੰਮ ਕੇ ਇਕੱਲੇ ਇਕੱਲੇ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ। ਫਿਰ ਚੋਰ ਇੱਕ ਗੋਲਕ ਨੂੰ ਹੱਥ ਪਾਉਂਦਾ ਹੈ, ਗੋਲਕ ਨੂੰ ਜਿਵੇਂ ਹੀ ਉਹ ਚੱਕਦਾ ਹੈ ਤਾਂ ਗੋਲਕ ਭਾਰੀ ਹੁੰਦੀ ਹੈ, ਜਿਸ ਕਾਰਨ ਉਹ ਅੱਧ ਵਿਚਾਲੇ ਥੱਕ ਜਾਂਦਾ ਹੈ ਅਤੇ ਗੋਲਕ ਛੱਡ ਕੇ ਫਰਾਰ ਹੋ ਜਾਂਦਾ ਹੈ। ਮਾਂ ਵੈਸ਼ਨੋ ਧਾਮ ਮੰਦਿਰ ਹੁਸ਼ਿਆਰਪੁਰ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਹੈ, ਕਾਫੀ ਜਿਹੜੇ ਸ਼ਰਧਾਲੂ ਨੇ ਇੱਥੇ ਮੱਥਾ ਟੇਕਣ ਆਉਂਦੇ ਨੇ, ਤਾਂ ਚੜਾਵਾ ਵੀ ਕਾਫੀ ਚੜ੍ਹਦਾ ਹੈ। ਤਾਂ ਰਾਤ ਵੇਲੇ ਚੋਰ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ, ਰਾਤ ਕਰੀਬ 3 ਵਜੇ ਮੰਦਿਰ ਦੇ ਪ੍ਰਬੰਧਕ ਨਹੀਂ ਹੁੰਦੇ ਤਾਂ ਇਹ ਚੋਰ ਮੰਦਿਰ ਦੇ ਪਰਿਸਰ ਅੰਦਰ ਦਾਖਲ ਹੁੰਦਾ ਹੈ ਅਤੇ ਗੋਲਕ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਗੋਲਕ ਦਾ ਭਾਰ ਇੰਨਾ ਵੱਧ ਜਾਂਦਾ ਹੈ ਜਾਂ ਫਿਰ ਕਹਿ ਸਕਦੇ ਹੋ ਕਿ ਗੋਲਕ ਕਾਫੀ ਭਾਰੀ ਸੀ, ਜਿਸ ਕਰਕੇ ਉਹ ਅੱਧ ਵਿਚਾਲੇ ਥੱਕ ਗਿਆ ਅਤੇ ਗੋਲਕ ਨੂੰ ਛੱਡ ਕੇ ਫਰਾਰ ਹੋ ਜਾਂਦਾ ਹੈ। ਤਾਂ ਤਸਵੀਰਾਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਸਥਿਤ ਵੈਸ਼ਨੋ ਮਾਤਾ ਧਾਮ ਮੰਦਿਰ ਦੀਆਂ ਨੇ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਵੈਸ਼ਨੋ ਮਾਤਾ ਮੰਦਿਰ ਦੇ ਵਿੱਚ ਚੋਰ ਵੜ ਗਿਆ। ਸੀਸੀਟੀਵੀ ਦੇ ਵਿੱਚ ਦੇਖੋ ਹਰਕਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਕੰਧਾ ਟੱਪਦਾ ਦਿਖਾਈ ਦੇ ਰਿਹਾ ਹੈ, ਮੰਦਿਰ ਪਰਿਸਰ ਦੇ ਅੰਦਰ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦੇ ਵੱਲੋਂ ਗੋਲਕ ਚੱਕੀ ਗਈ ਹੈ, ਗੋਦ ਦੇ ਵਿੱਚ ਗੋਲਕ ਚੱਕ ਕੇ ਭੱਜ ਰਿਹਾ ਵੀ ਸੀਸੀਟੀਵੀ ਵਿੱਚ ਕੈਦ ਹੋਇਆ ਹੈ ਚੋਰ। ਤਾਂ ਤਸਵੀਰਾਂ ਦਿਖਾ ਰਹੇ ਹਾਂ, ਅੱਧ ਵਿਚਾਲੇ ਇਹ ਮੰਦਿਰ ਦੀ ਗੋਲਕ ਛੱਡ ਜਾਂਦਾ ਹੈ, ਇਸ ਨੂੰ ਸਾਂਹ ਚੜ੍ਹ ਜਾਂਦਾ ਹੈ, ਚੋਰ ਨੂੰ ਅੱਧ ਵਿਚਾਲੇ ਸਾਂਹ ਚੜ੍ਹ ਗਿਆ, ਜਿਸ ਤੋਂ ਬਾਅਦ ਇਹ ਗੋਲਕ ਜਿਹੜੀ ਇਸਨੇ ਚੋਰੀ ਕੀਤੀ ਸੀ ਮੰਦਿਰ 'ਚੋਂ ਉੱਥੇ ਹੀ ਛੱਡ ਗਿਆ। ਤਾਂ ਵੱਡੀ ਖਬਰ ਹੈ, ਵੈਸ਼ਨੋ ਮਾਤਾ ਮੰਦਿਰ ਦੇ ਵਿੱਚ ਚੋਰ ਵੜਿਆ ਹੈ, ਰਾਤ 3 ਵਜੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਇਆ ਹੈ। ਤਸਵੀਰਾਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਸਥਿਤ ਵੈਸ਼ਨੋ ਧਾਮ ਮੰਦਿਰ ਦੀਆਂ ਨੇ, ਜਿੱਥੇ ਬੀਤੀ ਦੇਰ ਰਾਤ ਇੱਕ ਚੋਰ ਦੇ ਵੱਲੋਂ ਮੰਦਿਰ 'ਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਚੋਰ ਆਪਣੇ ਇਸ ਕਾਰਨਾਮੇ ਇਸ ਨੀਚ ਹਰਕਤ ਦੇ ਵਿੱਚ ਅਸਫਲ ਰਿਹਾ। ਚੋਰ ਵੱਲੋਂ ਕੀਤੀ ਗਈ ਇਸ ਕਰਤੂਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਦੇਰ ਰਾਤ ਕਰੀਬ 3 ਵਜੇ ਮੰਦਿਰ ਦੇ ਵਿੱਚ ਦਾਖਲ ਹੁੰਦਾ ਹੈ, ਫਿਰ ਉਸ ਵੱਲੋਂ ਸਾਰਾ ਮੰਦਿਰ ਘੁੰਮ ਕੇ ਇਕੱਲੇ ਇਕੱਲੇ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ। ਫਿਰ ਚੋਰ ਇੱਕ ਗੋਲਕ ਨੂੰ ਹੱਥ ਪਾਉਂਦਾ ਹੈ, ਗੋਲਕ ਨੂੰ ਜਿਵੇਂ ਹੀ ਉਹ ਚੱਕਦਾ ਹੈ ਤਾਂ ਗੋਲਕ ਭਾਰੀ ਹੁੰਦੀ ਹੈ, ਜਿਸ ਕਾਰਨ ਉਹ ਅੱਧ ਵਿਚਾਲੇ ਥੱਕ ਜਾਂਦਾ ਹੈ ਅਤੇ ਗੋਲਕ ਛੱਡ ਕੇ ਫਰਾਰ ਹੋ ਜਾਂਦਾ ਹੈ। ਮਾਂ ਵੈਸ਼ਨੋ ਧਾਮ ਮੰਦਿਰ ਹੁਸ਼ਿਆਰਪੁਰ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਹੈ, ਕਾਫੀ ਜਿਹੜੇ ਸ਼ਰਧਾਲੂ ਨੇ ਇੱਥੇ ਮੱਥਾ ਟੇਕਣ ਆਉਂਦੇ ਨੇ, ਤਾਂ ਚੜਾਵਾ ਵੀ ਕਾਫੀ ਚੜ੍ਹਦਾ ਹੈ। ਤਾਂ ਰਾਤ ਵੇਲੇ ਚੋਰ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ, ਰਾਤ ਕਰੀਬ 3 ਵਜੇ ਮੰਦਿਰ ਦੇ ਪ੍ਰਬੰਧਕ ਨਹੀਂ ਹੁੰਦੇ ਤਾਂ ਇਹ ਚੋਰ ਮੰਦਿਰ ਦੇ ਪਰਿਸਰ ਅੰਦਰ ਦਾਖਲ ਹੁੰਦਾ ਹੈ ਅਤੇ ਗੋਲਕ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਗੋਲਕ ਦਾ ਭਾਰ ਇੰਨਾ ਵੱਧ ਜਾਂਦਾ ਹੈ ਜਾਂ ਫਿਰ ਕਹਿ ਸਕਦੇ ਹੋ ਕਿ ਗੋਲਕ ਕਾਫੀ ਭਾਰੀ ਸੀ, ਜਿਸ ਕਰਕੇ ਉਹ ਅੱਧ ਵਿਚਾਲੇ ਥੱਕ ਗਿਆ ਅਤੇ ਗੋਲਕ ਨੂੰ ਛੱਡ ਕੇ ਫਰਾਰ ਹੋ ਜਾਂਦਾ ਹੈ। ਤਾਂ ਤਸਵੀਰਾਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਸਥਿਤ ਵੈਸ਼ਨੋ ਮਾਤਾ ਧਾਮ ਮੰਦਿਰ ਦੀਆਂ ਨੇ।